ਕਾ ਜੁੰਦਾ ਵਾ ਪੁੱਲ ਡਾੜ ਦੇ ਟਰੈਕਟਰ ਵੀ ਖੜਾ ਦਿੱਤੇ ਸੀ ਦੇਖੋ ਦੇਖੋ ਸੁਣੋ ਸੌਣ ਮਾ ਹੁਣ ਸੰਗਤ ਵੇਂਦੇ ਪਏ ਗੋਦਾਮ ਦੇ ਉੱਤੇ ਤੇ ਬਲਾ ਵਾਲਾ ਮਲੇ ਈ ਸ਼ੋਰੂਮ ਦੇ ਉੱਤੇ ਅਲ ਅਬਾਸ ਵਾਲੇ ਦੇ ਉੱਤੇ ਉਹਦੇ ਬਾਅਦ ਅੱਗੋਂ ਇੱਕ ਬਿਆ ਰਦਾ ਲਾਏ ਕੈਫ ਲਾਏ ਤੇ ਰਸਤਾ ਜਾਮ ਹੈ ਡੇਰਾ ਗਾਦੀ ਖਾਨ ਦਾ ਜਾਮਪੁਰ ਰੋਡ ਦਾ ਗੋਦਾਮ ਜਲ ਤੋਂ ਅੱਗੋਂ ਦਿਖ ਲੈਂਦੇ ਹੈ ਤੇ ਇੱਥਾਂ ਡੇਰਾ ਗਾਦੀ ਖਾਨ ਦੇ ਜਿਹੜੇ ਸ਼ੋਰੂਮ ਹੈ ਸਾਰਿਆਂ ਦੇ ਜ਼ਿਆਦਾਤਰ ਗੋਦਾਮ ਹੋਣ ਠੀਕ ਹੈ ਨਾ ਕਮਾਲ ਮਫਤਾ ਵੀਡੀਓ ਪੂਰੀ ਦੇਖੋ ਲਾਈਕ ਕਰੇ ਤੋ ਸ਼ੇਅਰ ਕਰੇ ਤੋ ਮਫਤਾ ਮਿਲੇ ਤੋ ਅੱਲਾ ਪਾਕ ਤੋ ਖੁਸ਼ ਰੱਖੇ ਖੈਰ ਹੋਏ ਵਸਦੇ ਰਹੋ ਆਪਣਾ ਰਾਣਾ ਲੁਕਮਾਨ ਦੇ ਦੀ ਕੇ ਠੀਕ ਹੈ ਨਾ ਔਰ ਜੁੱਤੇ ਪਏ ਗੋਦਾਮ ਦੇ ਉੱਤੇ ਦੇਦੇ ਪਏ ਹੋ ਹੁਣ ਗੋਦਾਮ ਦੇ ਉੱਤੇ ਵਹਿੰਦੇ ਪਏ ਬਸ ਅੱਗੋਂ ਕੈਫ ਟਰੈਕਟਰ ਹੈ ਉਹਦੇ ਉੱਤੇ ਆਮਲੇ ਰੱਦਾ ਵਾਲੇ ਦੇ ਉੱਤੇ ਆਮਲੇ ਅੱਜ ਵੀਡੀਓ ਬਣਾਉਣੀ ਤੋਂ ਅੱਗੋਂ ਰਿਵਿਊ ਕਰਵਾਉਣੇ ਪੁਰਾਣੇ ਟਰੈਕਟਰਾਂ ਦਾ ਵੀ ਇਨਸ਼ਾਅੱਲਾ ਤਾਲਾ ਦੇਦੇ ਪਏ ਹੋਏ ਹੁਣ ਆ ਗਏ ਹੈ ਕਾਰੀਆਂ ਵਾਲੀ ਮਾਰਕੀਟ ਇੱਥੋਂ ਕਰੀ ਸਾਰੀਆਂ ਕਾਰੀ ਸ਼ੁਰੂ ਥੀ ਵੈਨੀਆਂ ਤੇ ਨਾਲ ਸਾਡੇ ਜਵੇਦ ਇਹਨੇ ਕਰੀ ਪੁੱਛਦੇ ਹਾਂ ਗੋਦਾਮ ਤੋਂ ਕਿਹੜਾ ਟਰੈਕਟਰ ਚਿਕਣਾ ਹੈ ਗੋਦਾਮ ਤੋਂ ਕਿਹੜਾ ਟਰੈਕਟਰ ਚਿਕਣਾ ਮੇਰਾ ਵੀ ਜਵੇਦ 240 240 ਟਰੈਕਟਰ ਚਿਕਣ ਦਿੰਦਾ ਤਾਂ ਗੋਦਾਮ ਤੋਂ ਗੋਦਾਮ ਕਿੱਥਾ ਹੈ ਗੋਦਾਮ ਆ ਗਏ ਗੋਦਾਮ ਦੇ ਵਿੱਚ ਪੈਂਦੇ ਪੈ ਸੰਗਤ ਤੇ ਜ਼ਿੰਦਗੀ ਦੀ ਖੈਰ ਹੁਣ ਗੋਦਾਮ ਦੇ ਵਿੱਚ ਪੈ ਗਏ ਤਾਂ ਅੱਗੋਂ ਗੋਦਾਮ ਚੋਂ ਲਿਖ ਲੈਂਦੇ ਆਏ ਅੱਲਾ ਪਾਕ ਤੋਂ ਖੁਸ਼ ਰੱਖਿਆ ਤੇ ਗੋਦਾਮ ਦੇ ਵਿੱਚ 240 ਕਿੰਨੇ ਟਰੈਕਟਰ ਖੜੇ ਨੇ ਇੱਥੇ ਗੋਦਾਮ ਵਿੱਚ ਸਾਰੇ ਗੋਦਾਮ ਹਨ ਸਾਰੇ ਲੋਕ ਕਹਿੰਦੇ ਢੇਰ ਸਾਰੇ ਗੋਦਾਮ ਉਹਨਾਂ ਨੇ ਸ਼ੋਰੂਮ ਉਹਨਾਂ ਨੇ ਛੋਟੇ ਹੋਏ ਜੇ ਸ਼ੋਰੂਮ ਦਾ 10-12 ਟਰੈਕਟਰ ਹੁੰਦੇ ਨੇ ਤੇ ਬਕਾਇਆ ਹਬੀਬ ਖਾਨ ਦਸਤੀ ਦਾ ਉਹਦੇ ਉੱਤੇ ਉਹ ਸ਼ੋਰੂਮ ਦੇ ਉੱਤੇ ਤਕਰੀਬਨ 100-150 ਟਰੈਕਟਰ ਆ ਪੈਂਦੇ ਨੇ ਬਕਾਇਆ ਬੰਦੇ ਸਾਰੇ ਗੋਦਾਮ ਕਿਤੇ ਪੈਣ ਤੇ ਹੁਣ 240 ਚ ਕਹਿੰਦੇ ਪਏ ਮਲਾ ਜੁਲਦੇ ਪਏ ਵੀਡੀਓ ਸਾਰੀ ਪੂਰੀ ਦੇਖਣੀ ਚਸ ਚਾਵਣੇ ਬੈਠਾ ਜਵੇਦ ਖਾਨ ਸ਼ੋਏ ਖੁੱਲੇ ਨਾ ਪਏ ਸ਼ੋਰੂਮ ਹੀ ਆਖੋ ਚਾ ਗੋਦਾਮ ਤੇ ਟਰੈਕਟਰ ਕੱਢਦੇ 240 ਸ਼ੋਰੂਮ ਦੇ ਚ ਕਹਿੰਦੇ ਤੇ ਬਕਾਇਆ ਉਹਦੇ ਬਾਅਦ ਬੀਬੀਆ ਕੋਈ ਛਿਕਣਾ ਜਵੇਦ ਯਾਰ 240 ਛਿਕਣਾ ਇਹ ਕਿਆ ਗੋਦਾਮ ਤੇ ਚੰਗਾ ਬਲਾਇਆ ਹੋਇਆ ਕਿਹੜਾ 240 ਚਿਕਣਾ ਬਈ ਪਹਿਲੇ ਪਹਿਲੇ ਸੰਗਤ ਕੋ ਰਿਵਿਊ ਕਰਵਾ ਕੋਈ ਗਾਦੀ ਗਾਦੀ ਇਹ ਗਾਦੀ ਇਹ ਬਾਏ ਬਗਾਦੀ ਇਹ ਗਾਦੀ ਸਲਫ ਮਾਰੇ ਕੋ ਗੈਨ 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 240 ਬਾਅਦ ਚਿਕੀ ਜੇਰਾ ਚਿਕੇ ਬਚ ਕੇ ਬਚ ਕੇ ਪਹਿਲੇ ਸੰਗਤ ਕੋ ਰਿਵਿਊ ਕਰਵਾ ਗੈਨ ਇਹਦਾ ਇਹਦਾ ਗਾਦੀ ਦਾ ਰਿਵਿਊ ਕਰਵਾ ਜਾਂ ਉਬੇ ਦਾ ਇਹਦੇ ਇਹ ਕੱਢਣੀ ਤੇ ਕੱਢ ਖੜਾ ਇਹ ਕੱਢ ਖੜਾ ਇਹ ਕੱਢਣੀ ਤੇ ਕੱਢ ਖੜਾ ਅੱਛਾ ਗੈਨ 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 ਖੜਾ ਇਹ ਕੋ ਇਹਦੇ ਖੜਾ ਜਿੱਥਾ ਖੜਾ ਤੇ ਵਾਲਾ ਜੇਰਾ ਚਿਕਣੇ ਉਹ ਕੋ ਚਿਕੀ ਤੇ ਪਰੋ 640 ਖੜੇ ਤੁਹਾਨੂੰ 240 ਦਾ ਸਾਊਂਡ ਸੁਣਵੇ ਨੇ ਪਏ ਸਾਊਂਡ ਠੀਕ ਹੈ ਨਾ 240 ਦਾ ਸਾਊਂਡ ਸੁਣੋ ਠੀਕ ਹੈ ਇਹ ਖੜੇ ਵੇ 640 ਤੇ 240 ਦਾ ਸਾਊਂਡ ਸੁਣ ਤੋ ਰੇਸ ਦਿਆਂ ਜ਼ਰਾ ਰੇਸ ਦਿਆਂ ਹੈਂ ਓਕੇ ਓਕੇ ਸਾਊਂਡ ਮਾਸ਼ਾਅੱਲਾ ਆਖਰੀ ਆਖਰੀ ਸਾਊਂਡ ਅੱਲਾਹੁ ਅਕਬਰ ਆਖਰੀ ਹੈ ਸਾਊਂਡ ਆਖਰੀ ਹੈ ਇੱਕ ਸੰਗਾ ਲੈਂਦਾ ਪਏ ਅੱਲਾਹੁ ਅਕਬਰ ਟਰੈਕਟਰ ਸਾਰੇ ਫਰੈਸ਼ ਕਰ ਲੈਂਦਾ ਟਰੈਕਟਰ ਦਾ ਰਿਵਿਊ ਕਰਾਉਂ ਤੇ ਟਰੈਕਟਰ ਸਾਰੇ ਫਰੈਸ਼ ਕਰ ਲੈਂਦਾ ਇਹ ਜਿਹੜੇ ਟਰੈਕਟਰ ਖੜੇ ਨਾ ਇਹ ਸਾਰੇ ਟਰੈਕਟਰ ਫਰੈਸ਼ ਹਨ ਉਹ ਕਿਹਦੀ ਰਿਪੋਰਟ ਹੈ ਅਤੇ ਬਕਾਇਆ ਟਰੈਕਟਰ ਨੂੰ ਕੱਢੀ ਮੈਨੇ ਬਾਹਰ ਅਤੇ ਦੇਦੇ ਪਏ ਹੋ ਟਰੈਕਟਰ ਨੂੰ ਕੱਢੀ ਮੈਨੇ ਬਾਹਰ ਨਾ ਨਾ ਬਾਹਰ ਨਾ ਹੀ ਦੇ ਪਏ ਨਾ ਪੈਸੇ ਲੇਵਲ ਕਰੇ ਨਾ ਪਏ ਲੇਵਲ ਅਤੇ ਉਹਦੇ ਉਹਦੇ ਚੋਂਡੇ ਖੜਾ ਲਈ ਚੋਂਡੇ 'ਚ ਔਰ ਚੋਂਡੇ ਖੜਾ ਲਈ ਯਾਰ 640 ਦਾ ਹੀ ਸੰਗਤ ਕੋ ਸਾਊਂਡ ਸੁਣੋ ਆ ਚਾ ਅਤੇ ਗਾਦੀ ਦਾ ਹੀ ਸਾਊਂਡ ਸੁਣੋ ਆ ਚਾ ਮੈਂ ਸੰਗਤ ਕੋ ਅੱਜ ਆਖਿਆ ਮੈਂ ਕਿਹਾ ਤੁਹਾਨੂੰ ਫੁੱਲ ਅੱਜ ਟਰੈਕਟਰ ਦਾ ਰਿਵਿਊ ਕਰਵੇ ਸਾਂ ਅਤੇ ਇਹ ਵਾਲਾ ਸੰਗਤ ਕੋ ਇੱਕ ਮਿੰਟ ਸਾਹ ਚਾ ਓ
रेत रेत रहा चाल उते चाल ध्यान करी अगो पता थिया चल और खिलाड़ में ओ दीवार गया नहीं लगता माता लिवास नहीं लगता लगी 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 ते ए संगा दे दे पयो जिंदगी दी खैर हुआ है वस्ते रहो साउंड सुन के दाउ से वे बहुत प्यारा साउंड है ते गादी दा साउंड पे सुनवे ने पए गादी पीछे खड़े ठीक है ना गादी दा साउंड सुनवे ने पए गादी दा साउंड सुनवा कने ते पीछे 240 चेक कने ते पीछे शोरूम दे जुलदे पए चांद ट्रैक्टर दे उते ठीक है जिंदगी दी खैर हुआ है वस्ते रहो ते ए जुल्मी ड्राइवर ताको पता है पई को वायरल कर छोड़ा आखरी एक गादी का साउंड सुनवा केड़ा सुनवे ना पींदा या इंदा सुनवे ना पई जा उबे दा चलो ठीक है हुन गादी का साउंड संगा सुनवे ना पतो को दे दे पयो एक मिनट बंद कर ते मैं कुछ संगा ता दे पयान के मैसी की में स्टार्ट थी ने ते गादी की में स्टार्ट थी ने ए हुन मैं तेरो करीब बंदा पिया गादी की में स्टार्ट थी ने सलाफ की में चाहना मतलब की तो स्टार्ट करना ना नहीं संगा को करना सोचा बेली इस तो स्टार्ट थी ने ए सी तो स्टार्ट थी ने वो चाबी वाला सिस्टम का नहीं ना गादी दा चाबी दा नहीं ए सलाफ है बटन सिस्टम है अमोन खेन कर देख सलाफ ए देख के ना गियर है के चल हुन गियर से ला के जंगते पीछे कर चल साउंड साउंड सुनवा हूँ रेस रे बस अल्लाह अकबर ओके 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 वेल डन हो गया जावेद भाई उस्ताद जवेद ड्राइवर कमाल है बिल्कुल कमाल है ओके दी रिपोर्ट है हुन केड़ा 240 डोच के ना पई ए हुन चिकना केड़ा ए यो वाला ते चल 240 कुछ केने पए दुल दे पए शोरूम दे उते काट गया नी को वीडियो संगत पूरी देखनी आज तो कुछ चस चवारे में ये सोचो जिंदगी दी खैर हुआ है बस रहो कोई गाड़ी घिनी कोई ट्रैक्टर घिनावे
ਆਉ ਸੋ ਸਾਰੇ ਗਣੀ ਆ ਕਨੇ ਫਰੈਸ਼ ਟਰੈਕਟਰ ਗਿਨਵਾਰੇ ਸੋ ਮੁਹੱਬਤਾਂ ਮਰੇ ਸੋ ਮੁਹੱਬਤਾਂ ਮੁਹੱਬਤਾਂ कमाल हो गया, ध्यान करे जो दीवार ना लगे। कमाल हो गया भाई, कमाल हो गया। अल्लाह अकबर, वन्याड़े वन्याड़े, कमाल हो गया। ते हुण संगत ट्रैक्टर गोल गिरे, ट्रैक्टर काट गिदे, हूँ बस जुलते पे शोरूम ते। जिंदगी की खैर हुआ है, वसते रहो। 240 फ्रेश ट्रैक्टर ये छिके थे, हूँ बस जुलते पे शोरूम के उत्ते। इधर साउंड तो मैं सुनवा था, एक मिनट एक मिनट, लिबास करने पे लिबास। प्यारा है, ओके दी रिपोर्ट है। अगर थारी वीडियो अच्छी लगी हो तो लाइक करे सो, हफ्ता मिले सो। इन जहाँ नवियाँ नवियाँ डेली वीडियो देखने खातर सारे चैनल को सब्सक्राइब करे सो, हफ्ता मिले सो। इन शाला तला होने वाला जुलता पे नेक्स्ट वीडियो के उत्ते। चलिए आए शोरूम के उत्ते, ठीक है ना, अल कैफ के उत्ते हैं, तो अल अब्बास के उत्ते हैं। कमाल मुहब्ता, लव यू हो गया संगात। ये संगत हम जुलता पे अस पीछे जुलते पे। जुलता हुआ पोल डाट दें, हूँ संगा शोरूम दे था आए खड़े हैं ते दे दे पे। हूँ जवेद खान एक उत्ते खड़े ना पे, वे चाह शादी में पीले ना पे खड़े रे, ना दावत ना कैसा। आउती पिया ओडो खड़ा ला इवें संगा देख। मैं हूँ संगा उत्ते गिदी आंदे, देखने खातर सारे चैनल को सब्सक्राइब करो चा, लाइक करो चा, घंटी का निशान मैंने दबाओ चा। कमाल भक्ता चांद ट्रैक्टर शोरूम पुल डाट डेरा गादी खान, ठीक है ना। ये शोरूम चांद ट्रैक्टर सामने पुल डाट दे, ते ये शोरूम है, ठीक है ना। सारा गजा अवेलेबल होने, ठीक है ना। 2024 की बुकिंग होनी है भाई, ठीक है ना, शुरू थी पी 2024 की बुकिंग। जरा भाई दोस्त ने बुक करा होना हो, ठीक है ना, 2024 मॉडल मिले, ठीक है ना।